ਆਪਣੇ ਮਨ ਨੂੰ ਆਪਾਂ ਸ਼ਾਂਤ ਕਿਵੇਂ ਰੱਖ ਸਕਦੇ ਹਾਂ, ਮਤਲਬ ਕਾਮ ਕਿਵੇਂ ਰਹਿ ਸਕਦੇ ਹਾਂ ਆਪਾਂ ਦਿਨ 'ਚ। ਕਈ ਵਾਰ ਨਾ ਯਾਰ ਐਂ ਹੁੰਦਾ ਵੀ ਆਪਾਂ ਬਹੁਤ ਨਾ ਭੱਜੂ ਭੱਜ ਕਰ ਰਹੇ ਹੁੰਦੇ ਜ਼ਿੰਦਗੀ 'ਚ, ਲਾਈਕ ਮਤਲਬ ਵੀ ਦਿਮਾਗ 'ਚ ਹਜ਼ਾਰ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਯਾਰ ਮੇਰੇ ਇਹ ਸੁਪਨੇ ਨੇ, ਮੈਂਇਹ ਕਰਨਾ, ਮੇਰੀ ਇੰਨੀ ਉਮਰ ਹੋ ਗਈ, ਮੈਂ ਇਹ ਚੀਜ਼ਾਂ ਲੈਣੀਆਂ ਨੇ, ਮੈਂ ਇੰਨੇ ਪੈਸੇ ਕਮਾਉਣਾ ਚਾਹੁੰਦਾ, ਮੈਂ ਇਹੋ ਜਿਹੀ ਲਾਈਫ ਜੀਣਾ ਚਾਹੁੰਦਾ। ਅਤੇ ਇਹ ਚੀਜ਼ਾਂ ਠੀਕ ਨੇ, ਜ਼ਰੂਰੀ ਨੇ, ਠੀਕ ਹੈ, ਐਂਬੀਸ਼ਨ ਹੋਣਾ ਲਾਈਫ 'ਚ ਬਹੁਤ ਜ਼ਰੂਰੀ ਆ, ਲਾਈਕ ਮਤਲਬ ਵੀ ਗੋਲਸ ਹੋਣੇ ਬਹੁਤ ਜ਼ਰੂਰੀ ਨੇ, ਕੁਛ ਟਾਰਗੇਟ ਹੋਣਾ ਜ਼ਿੰਦਗੀ 'ਚ ਜ਼ਰੂਰੀ ਆ। ਬਟ ਉਹਦੇ ਨਾਲ ਨਾਲ ਨਾ ਇੱਕ ਹੋਰ ਚੀਜ਼ ਬਹੁਤ ਜ਼ਰੂਰੀ ਆ ਜਿਹੜੀ ਮਤਲਬ ਵੀ ਆਪਾਂ ਨੂੰ ਕਾਮ ਰਹਿਣ 'ਚ, ਸ਼ਾਂਤ ਰਹਿਣ 'ਚ ਮਤਲਬ ਵੀ ਬਹੁਤ ਹੈਲਪ ਕਰਦੀ ਆ, ਉਹ ਹੈਗਾ ਗ੍ਰੈਟੀਟਿਊਡ, ਠੀਕ ਆ, ਮਤਲਬ ਵੀ ਗ੍ਰੇਟਫੁੱਲ ਹੋਣਾ, ਮਤਲਬ ਵੀ ਧੰਨਵਾਦੀ ਹੋਣਾ ਜਿਹੜੀ ਚੀਜ਼ਾਂ ਆਪਣੇ ਕੋਲ ਆਲਰੇਡੀ ਹੈਗੀਆਂ ਨੇ ਨਾ, ਜੇ ਆਪਾਂ ਉਹਨਾਂ ਵੱਲ ਝਾਕੀਏ, ਨਿਗਾਹ ਮਾਰੀਏ, ਉਹਦੇ ਲਈ ਮਤਲਬ ਵੀ ਰੱਬ ਦਾ ਸ਼ੁਕਰ ਗੁਜ਼ਾਰ ਕਰੀਏ, ਉਹਦੇ ਲਈ ਰੱਬ ਦੇ ਧੰਨਵਾਦੀ ਹੋਈਏ, ਫਿਰ ਨਾ ਆਪਣੇ 'ਚ ਇੱਕ ਮਤਲਬ ਵੀ ਕਾਮਨੈਸ 'ਚ ਹੀ ਆ ਜਾਂਦੀ ਹੈ ਯਾਰ ਵੀ ਓਕੇ ਮੇਰੇ ਕੋਲ ਆਲਰੇਡੀ ਇੰਨਾ ਕੁਛ ਹੈਗਾ, ਠੀਕ ਆ, ਵੀ ਮੇਰੀ ਲਾਈਫ ਵਧੀਆ ਚੱਲ ਰਹੀ ਆ, ਹੋਰ ਚਾਹੀਦਾ ਮੈਨੂੰ, ਹੋਰ ਮੈਂ ਕੰਮ ਕਰਨਾ, ਸਭ ਕੁਛ ਕਰਨਾ, ਬਟ ਜੋ ਆਲਰੇਡੀ ਹੈਗਾ ਉਹ ਵੀ ਬਹੁਤ ਵਧੀਆ, ਠੀਕ ਆ। ਹੁਣ ਜਿਵੇਂ ਮੇਰੇ ਨਾ ਮਤਲਬ ਵੀ ਕਾਫੀ ਦਿਨਾਂ ਤੋਂ ਦਿਮਾਗ 'ਚ ਚੱਲ ਰਿਹਾ ਸੀਗਾ ਵੀ ਯਾਰ ਨਵਾਂ ਫਾਰਮ ਬਣਾਉਣਾ, ਇਹ ਕਰਨਾ, ਉਹ ਕਰਨਾ, ਇਹ ਚੀਜ਼ ਚਾਹੀਦੀ ਆ, ਉਹ ਚੀਜ਼ ਚਾਹੀਦੀ ਆ, ਨਵਾਂ ਸ਼ੈੱਡ ਬਣਾਉਣਾ, ਇਹ ਉਹ, ਮਤਲਬ ਕਾਫੀ ਕੁਛ ਚੱਲ ਰਿਹਾ ਸੀਗਾ, ਠੀਕ ਆ। ਅਤੇ ਦਿਮਾਗ 'ਚ ਨਾ ਮਤਲਬ ਵੀ ਕਾਲਜੀ ਹੁੰਦੀ ਹੈ ਯਾਰ ਵੀ ਹੋਰ ਪੈਸਾ ਬਣਾਉਣਾ, ਹੋਰ ਪੈਸਾ ਬਣਾਉਣਾ, ਠੀਕ ਆ। ਅਤੇ ਵੀ ਇੰਨੇ ਫੋਲੋਅਰਸ ਨੇ ਯਾਰ, ਮਤਲਬ ਵੀ ਇੰਸਟਾਗ੍ਰਾਮ ਤੋਂ ਹੋਰ ਪੈਸਾ ਆਉਣਾ ਚਾਹੀਦਾ, ਇਹ ਆਉਣਾ ਚਾਹੀਦਾ, ਉਹ ਆਉਣਾ ਚਾਹੀਦਾ, ਯੂਟਿਊਬ ਤੋਂ ਮਤਲਬ ਵੀ ਮੋਨਟਾਈਜ਼ ਹੋਰ ਪੈਸੇ ਆਉਣੇ ਚਾਹੀਦੇ ਨੇ, ਕਾਲਜੀ ਹੋ ਜਾਂਦੀ ਹੈ ਇੱਕ ਵਾਰ ਦਿਮਾਗ 'ਚ, ਠੀਕ ਆ। ਅਤੇ ਉਹ ਕਾਲਜ 'ਚ ਨਾ ਬੰਦਾ ਮਤਲਬ ਵੀ ਜਿਹੜਾ ਉਹਦੇ ਕੋਲ ਆਲਰੇਡੀ ਕੁਛ ਹੈਗਾ, ਜਿਹੜੀਆਂ ਚੀਜ਼ਾਂ ਆਲਰੇਡੀ ਉਹਦੇ ਕੋਲ ਹੈਗੀਆਂ ਨੇ, ਉਹਦਾ ਧੰਨਵਾਦ ਕਰਨਾ ਭੁੱਲ ਜਾਂਦਾ, ਠੀਕ ਆ, ਉਹ ਚੀਜ਼ਾਂ ਵੱਲ ਧਿਆਨ ਮਾਰਨਾ ਭੁੱਲ ਜਾਂਦਾ। ਅਤੇ ਇਹੀ ਗਲਤੀ ਆਪਾਂ ਕਰਦੇ ਹਾਂ ਜ਼ਿੰਦਗੀ 'ਚ। ਹੁਣ ਮੈਂ ਕੀ ਕੀਤਾ, ਮਤਲਬ ਵੀ ਕੱਲ੍ਹ ਮੈਂ ਸੋਚ ਰਿਹਾ ਸੀਗਾ ਯਾਰ ਵੀ ਮੈਂ ਸੋਚਿਆ ਸੀਗਾ ਵੀ 1 ਸਾਲ ਦੇ ਵਿੱਚ 10,000 ਫੋਲੋਅਰ ਆਪਾਂ ਕਰ ਲਾਂਗੇ ਇੰਸਟਾਗ੍ਰਾਮ 'ਤੇ, ਠੀਕ ਆ, ਬਟ ਹੁਣ 2,67,000 ਨੇ, ਠੀਕ ਆ। ਇੰਸਟਾਗ੍ਰਾਮ ਤੋਂ ਕਮਾਈ ਦੀ ਕੋਈ ਉਮੀਦ ਵੀ ਨਹੀਂ ਸੀਗੀ ਇਸ ਸਾਲ 'ਚ, ਕੋਈ ਮਤਲਬ ਵੀ ਆਈਡੀਆ ਵੀ ਨਹੀਂ ਸੀਗਾ। ਯੂਟਿਊਬ ਦਾ ਇਹ ਟਾਰਗੇਟ ਸੀਗਾ ਵੀ ਇਸ ਸਾਲ ਦੇ ਵਿੱਚ ਮੋਨੀਟਾਈਜ਼ ਕਰਨਾ, ਠੀਕ ਆ, ਵੀ 10,000 ਸਬਸਕ੍ਰਾਈਬਰ ਉੱਥੇ ਆਪਾਂ ਕਰ ਲਾਂਗੇ, ਉੱਥੇ 1,28,000 ਨੇ। ਹੁਣ ਤੁਸੀਂ ਦੇਖੋ ਯਾਰ ਜਿੰਨੀ ਕੁ ਮੇਰੀ ਐਕਸਪੈਕਟੇਸ਼ਨ ਸੀਗੀ ਉਹ ਤੋਂ ਕਿੰਨਾ ਉੱਤੇ ਮਿਲ ਗਿਆ ਯਾਰ ਆਪਾਂ ਨੂੰ, ਠੀਕ ਆ। ਅਤੇ ਹਲੇ ਮੈਂ ਫੇਰ ਲੱਗਿਆ ਹੋਇਆ ਵੀ ਯਾਰ ਹੋਰ ਕਰਨਾ, ਹੋਰ ਕਮਾਉਣਾ, ਹੋਰ ਅੱਗੇ ਜਾਣਾ, ਇਹ ਕਰਨਾ, ਉਹ ਕਰਨਾ, ਲਾਈਕ ਠੀਕ ਆ, ਐਂਬੀਸ਼ਨ ਹੋਣਾ ਜ਼ਰੂਰੀ ਆ, ਅੱਗੇ ਜਾਣ ਦੀ ਸੋਚ ਰੱਖਣੀ ਜ਼ਰੂਰੀ ਆ। ਬਟ ਯਾਰ ਜੇ ਮੈਂ ਦੇਖਾਂ ਵੀ ਯਾਰ ਮੈਨੂੰ ਇੰਨਾ ਕੁਛ ਮਿਲ ਗਿਆ, ਉਮੀਦ ਹੀ ਨਹੀਂ ਸੀਗੀ, ਉਹਦੇ ਵੱਲ ਦੇਖ ਕੇ ਖੁਸ਼ ਹੋਣ ਦੀ ਬਜਾਏ ਮੈਂ ਉਹਦੇ ਵੱਲ ਦੇਖ ਕੇ ਕਾਲਾ ਹੋ ਰਿਹਾ, ਮੇਰੇ ਗੋਲਸ ਵੱਲ ਦੇਖ ਕੇ, ਠੀਕ ਆ। ਵੀ ਆਪਣੇ ਗੋਲਸ ਤਾਂ ਯਾਰ ਬੜੇ ਹੋ ਹੀ ਜਾਣੇ ਨੇ, ਠੀਕ ਆ, ਮੈਂ ਇਹ ਦੇਖੀ ਜਾ ਰਿਹਾ ਯਾਰ ਵੀ ਇੰਨੇ ਫੋਲੋਅਰਸ ਨੇ, ਇੰਨੀ ਕੁ ਕਮਾਈ ਆ, ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਉਹ ਚੀਜ਼ ਮੈਨੂੰ ਕਾਲ ਜੀ ਪਾਈ ਜਾ ਰਹੀ ਸੀਗੀ। ਹੁਣ ਮੈਂ ਕੀ ਸੋਚਿਆ ਵੀ ਯਾਰ ਜਿੰਨਾ ਕੁਛ ਆਪਾਂ ਨੂੰ ਮਿਲਿਆ ਨਾ ਉਹ ਸੋਚ ਤੋਂ ਬਹੁਤ ਉੱਤੇ ਆ ਯਾਰ, ਅਤੇ ਉਹਦੇ ਲਈ ਧੰਨਵਾਦ ਹੋਣਾ, ਮਤਲਬ ਵੀ ਧੰਨਵਾਦੀ ਹੋਣਾ ਬਹੁਤ ਜ਼ਰੂਰੀ ਆ, ਉਹਦੇ ਲਈ ਰੱਬ ਦਾ ਥੈਂਕ ਯੂ ਕਰਨਾ, ਬਾਬਾ ਜੀ ਦਾ ਥੈਂਕ ਯੂ ਕਰਨਾ ਬਹੁਤ ਜ਼ਰੂਰੀ ਆ। ਅਤੇ ਜਦ ਮੈਂ ਉਹ ਕੀਤਾ ਨਾ ਮੈਨੂੰ ਐਂ ਸੀਗਾ ਯਾਰ ਵੀ ਸ਼ਾਂਤੀ ਜੀ ਆ ਗਈ ਇੱਕਦਮ ਦਿਮਾਗ 'ਚ, ਠੀਕ ਆ, ਵੀ ਯਾਰ ਬਹੁਤ ਕੁਛ ਆ ਯਾਰ, ਮਤਲਬ ਵੀ ਲਾਈਫ 'ਚ ਇੰਨਾ ਕੁਛ ਦਿੱਤਾ ਰੱਬ ਨੇ, ਮਤਲਬ ਗ੍ਰੇਟਫੁੱਲ ਹੋਣਾ ਚਾਹੀਦਾ। ਅਤੇ ਉਹਦੇ ਨਾਲ ਮਤਲਬ ਵੀ ਐਂ ਹੁੰਦਾ ਵੀ ਕੰਮ ਤਾਂ ਆਪਾਂ ਕਰਾਂਗੇ, ਠੀਕ ਆ, ਹੁਣ ਇਹ ਨਹੀਂ ਹੈਗਾ ਵੀ ਧੰਨਵਾਦੀ ਹੋ ਜਾਓ ਅਤੇ ਉੱਥੇ ਰੁਕ ਜਾਓ, ਸਬਰ ਕਰ ਲਓ, ਠੀਕ ਆ। ਜੇ ਆਪਾਂ ਮਤਲਬ ਵੀ ਸੰਤੁਸ਼ਟੀ ਆ ਗਈ ਜ਼ਿੰਦਗੀ 'ਚ ਫਿਰ ਜ਼ਿੰਦਗੀ ਖਤਮ ਆ, ਠੀਕ ਆ, ਆਪਾਂ ਹਮੇਸ਼ਾ ਅੱਗੇ ਦਾ ਸੋਚਣਾ ਚਾਹੀਦਾ। ਬਟ ਉਹਦੇ ਨਾਲ ਨਾਲ ਇੱਕ ਮਤਲਬ ਵੀ ਪੁਆਇੰਟ ਇਹ ਵੀ ਹੋਣਾ ਚਾਹੀਦਾ ਲਾਈਫ 'ਚ ਵੀ ਜਿਹੜਾ ਕੁਛ ਆਪਣੇ ਕੋਲ ਆਲਰੇਡੀ ਹੈਗਾ ਉਹਦੇ ਲਈ ਸ਼ੁਕਰਗੁਜ਼ਾਰ ਹੋਈਏ, ਉਹਦੇ ਲਈ ਧੰਨਵਾਦੀ ਹੋਈਏ ਅਤੇ ਉਹਨੂੰ ਸੋਚ ਕੇ ਖੁਸ਼ ਹੋਈਏ, ਠੀਕ ਆ, ਵੀ ਯਾਰ ਇੰਨਾ ਕੁਛ ਆ ਅਤੇ ਬਹੁਤ ਜ਼ਿਆਦਾ ਕੁਛ ਆ। ਅਤੇ ਜਦ ਆਪਾਂ ਧੰਨਵਾਦੀ ਹੋਵਾਂਗੇ, ਜਦ ਆਪਾਂ ਖੁਸ਼ ਹੋਵਾਂਗੇ, ਫਿਰ ਆਟੋਮੈਟਿਕਲੀ ਆਪਣੇ ਮਨ 'ਚ ਇੱਕ ਮਤਲਬ ਵੀ ਲਹਿਰ ਜੀ ਚੱਲ ਜੂਗੀ, ਠੀਕ ਆ, ਖੁਸ਼ੀ ਦੀ, ਕਾਮਨੈਸ ਦੀ, ਸ਼ਾਂਤੀ ਦੀ, ਅਤੇ ਐਂ ਆਪਾਂ ਆਪਣੇ ਮਾਇੰਡ ਨੂੰ ਕੰਟਰੋਲ ਕਰ ਸਕਦੇ ਹਾਂ। ਦੇਖੋ ਯਾਰ ਆਪਣਾ ਆਪਣਾ ਮਤਲਬ ਵੀ ਮਾਇੰਡ ਲਾ ਲਓ, ਆਪਾਂ ਲਾ ਲਓ ਇੱਕ ਟਾਈਪ ਦੀ ਮਸ਼ੀਨ ਹੀ ਆ, ਠੀਕ ਆ, ਆਪਣਾ ਮਾਇੰਡ CPU ਆ, ਜਿਹੋ ਜਿਹਾ ਆਪਾਂ ਉਹਨੂੰ ਇਨਪੁੱਟ ਦੇਵਾਂਗੇ ਉਹੋ ਜਿਹਾ ਉਹ ਆਪਾਂ ਨੂੰ ਆਪਣੀ ਲਾਈਫ ਦਊਗਾ, ਠੀਕ ਆ। ਤੁਸੀਂ ਜੋ ਸੋਚਾ ਸੋਚੋਗੇ ਉਹੋ ਜਿਹੀ ਤੁਹਾਨੂੰ ਉਹ ਫੀਲ ਕਰਾਊਗਾ। ਜੇ ਤੁਸੀਂ ਨੈਗੇਟਿਵ ਸੋਚੋਗੇ ਯਾਰ ਹੋਰ ਪੈਸਾ ਕਮਾਉਣਾ, ਪੈਸਾ ਘੱਟ ਆ, ਮੇਰੇ ਕੋਲ ਇਹ ਚੀਜ਼ ਘੱਟ ਆ, ਉਹ ਚੀਜ਼ ਘੱਟ ਆ, ਇਹ ਆ ਉਹ ਆ, ਉਹੀ ਜਿਹਾ ਉਹ ਤੁਹਾਨੂੰ ਫੀਲ ਕਰਾਊਗਾ, ਫਰਸਟ੍ਰੇਟਿਡ ਜਿਹਾ, ਠੀਕ ਆ, ਸ਼ਾਂਤੀ ਨਹੀਂ ਹੋਊਗੀ, ਕਾਲਜੀ ਹੋਊਗੀ ਮਨ 'ਚ, ਹੋਰ ਚੀਜ਼ਾਂ ਹੋਣਗੀਆਂ, ਭੱਜੋ ਭੱਜ ਜੀ ਹੋਊਗੀ। ਬਟ ਜੇ ਤੁਸੀਂ ਉਹਨੂੰ ਇਹ ਫੀਡ ਕਰੋਗੇ ਯਾਰ ਵੀ ਇੰਨਾ ਕੁਛ ਮਿਲ ਗਿਆ ਆਪਾਂ ਨੂੰ, ਠੀਕ ਆ,
ਯਾਰ ਖਾਣ ਨੂੰ ਰੋਟੀ ਮਿਲ ਰਹੀ ਹੈ, ਕਿਆ ਬਾਤ ਆ, ਸਿਰ 'ਤੇ ਛੱਤ ਆ, ਕਿਆ ਬਾਤ ਆ, ਹੱਥ ਪੈਰ ਚੱਲ ਰਹੇ ਨੇ, ਕਿਆ ਬਾਤ ਹੈ, ਲਾਈਫ ਆ ਤਾਂ ਮੈਂ ਦੇਖ ਸਕਦਾ ਕਿੰਨੀ ਘੈਂਟ ਜ਼ਿੰਦਗੀ ਆ, ਠੀਕ ਆ, ਵੀ ਜੋ ਵੀ ਆਪਾਂ ਨੂੰ ਕੁਛ ਮਿਲਿਆ ਉਹਦੇ ਲਈ ਗ੍ਰੇਟਫੁੱਲ ਹੋਵੋ, ਉਹਦੇ ਲਈ ਥੈਂਕਫੁੱਲ ਹੋਵੋ, ਅਤੇ ਫਿਰ ਦੇਖਿਓ ਜ਼ਿੰਦਗੀ ਕਿੰਨੀ ਵਧੀਆ ਬਣਦੀ। ਜਿਵੇਂ ਉਹੀ ਹੁੰਦਾ ਨਾ, ਮਤਲਬ ਵੀ ਗਲਾਸ ਹਾਫ ਐਮਟੀ ਹਾਫ ਫੁੱਲ, ਠੀਕ ਆ, ਵੀ ਜੇ ਪਾਣੀ ਦਾ ਗਲਾਸ ਅੱਧਾ ਭਰਿਆ ਹੋਇਆ, ਕਈਆਂ ਨੂੰ ਦਿਖਦਾ ਵੀ ਉਹ 'ਚ ਪਾਣੀ ਆ, ਕਈਆਂ ਨੂੰ ਦਿਖਦਾ ਵੀ ਉਹ ਅੱਧਾ ਖਾਲੀ ਆ। ਹੁਣ ਤੁਸੀਂ ਮਤਲਬ ਵੀ ਤੁਹਾਡੇ 'ਤੇ ਡਿਪੈਂਡ ਕਰਦਾ, ਤੁਸੀਂ ਲਾਈਫ ਦੇ ਪੋਜ਼ਿਟਿਵ ਚੀਜ਼ਾਂ ਦੇਖਣਾ ਚਾਹੁੰਦੇ ਹੋ ਜਾਂ ਨੈਗੇਟਿਵ ਚੀਜ਼ਾਂ ਦੇਖਣਾ ਚਾਹੁੰਦੇ ਹੋ, ਪੋਜ਼ਿਟਿਵ ਦੇਖ ਕੇ ਖੁਸ਼ ਹੋਣਾ ਚਾਹੁੰਦੇ ਹੋ ਜਾਂ ਨੈਗੇਟਿਵ ਦੇਖ ਕੇ ਦੁਖੀ ਹੋਣਾ ਚਾਹੁੰਦੇ ਹੋ, ਤਾਂ ਹੀ ਆਪਣੇ ਮਨ 'ਚ ਨਾ ਕਾਲ 'ਚ ਹੀ ਰਹਿੰਦੀ ਆ। ਆਪਾਂ ਨੂੰ ਐਂ ਹੁੰਦਾ ਯਾਰ ਸਭ ਕੁਛ ਮਿਲ ਜੇ, ਹੁਣ ਹੀ ਮਿਲ ਜੇ, ਬਟ ਜਿੰਨਾ ਕੁਛ ਮਿਲਿਆ ਹੁੰਦਾ ਉਹਦੇ ਲਈ ਭੁੱਲ ਜਾਂਦੇ ਆਪਾਂ ਕਿਸੇ ਨੂੰ ਥੈਂਕ ਯੂ ਕਹਿਣਾ, ਠੀਕ ਆ। ਵੀ ਉਹ ਸੋਚੋ ਹਾਫ ਫੁੱਲ ਆ ਨਾ ਜਿਹੜਾ ਗਲਾਸ, ਜਿਹੜਾ ਅੱਧਾ ਭਰਿਆ ਹੋਇਆ ਗਲਾਸ, ਹਮੇਸ਼ਾ ਉਹਦੇ ਵੱਲ ਝਾਕੋ, ਹਮੇਸ਼ਾ ਉਹਦੇ ਵੱਲ ਧਿਆਨ ਦਿਉ ਵੀ ਯਾਰ ਇੰਨਾ ਕੁਛ ਹੈਗਾ, ਤਾਂ ਬਹੁਤ ਕੁਛ ਕਰ ਲਿਆ। ਹੁਣ ਮੈਂ ਆਪਣੇ ਆਪ 'ਤੇ ਅਪਲਾਈ ਕੀਤਾ ਇਹ, ਠੀਕ ਆ, ਵੀ ਮੈਂ ਸੋਚਿਆ ਸੀਗਾ 10,000 ਫੋਲੋਅਰ ਕਰਨੇ ਨੇ ਇਸ ਸਾਲ 'ਚ ਇੰਸਟਾਗ੍ਰਾਮ 'ਤੇ, 2,67,000 ਹੋ ਗਏ, ਲਾਈਕ ਸੋਚ ਤੋਂ ਬਹੁਤ ਜ਼ਿਆਦਾ ਉੱਤੇ ਆ, ਠੀਕ ਆ। ਹੁਣ ਜੇ ਮੈਂ 1 ਰੁਪਿਆ ਵੀ ਨਾ ਕਮਾਵਾਂ ਨਾ, ਤਾਂ ਵੀ ਮੈਨੂੰ ਬਹੁਤ ਜ਼ਿਆਦਾ ਦਿੱਤਾ ਰੱਬ ਨੇ, ਅਤੇ ਉਹ ਵਧੀਆ। ਹਾਂ, ਕਮਾਉਣ ਦੀ ਸੋਚ ਰੱਖਣੀ, ਆਈਡੀਆਜ਼ ਕੱਢਣੇ ਨੇ, ਬਟ ਸ਼ਾਂਤੀ ਨਾਲ, ਐਨ ਦਿਮਾਗ ਨੂੰ ਆਰਾਮ ਨਾਲ, ਮਤਲਬ ਵੀ ਆਪਣੇ ਆਪ 'ਤੇ ਪ੍ਰੈਸ਼ਰ ਨਹੀਂ ਪਾਉਣਾ ਵੀ ਯਾਰ ਕਮਾ 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 ਕਮਾ, ਉਹ ਚੀਜ਼ਾਂ ਨਹੀਂ ਕਰਨੀਆਂ। ਆਪਣੇ ਆਪ ਨੂੰ ਐਨ ਸ਼ਾਂਤ ਰੱਖ ਕੇ ਵੀ ਯਾਰ ਜਿੰਨਾ ਆ ਰਿਹਾ, ਦਿਨ ਦਾ ਜੇ 100 ਰੁਪਿਆ ਵੀ ਬਣ ਰਿਹਾ ਨਾ, ਬਹੁਤ ਆ, ਉਮੀਦ ਤੋਂ ਬਹੁਤ ਜ਼ਿਆਦਾ ਉੱਤੇ ਆ। ਉਹ ਸ਼ਾਂਤੀ ਨਾਲ ਆਪਾਂ ਮਤਲਬ ਵੀ ਕਾਮ ਰਹਿ ਸਕਦੇ ਹਾਂ, ਜ਼ਿੰਦਗੀ 'ਚ ਖੁਸ਼ ਰਹਿ ਸਕਦੇ ਹਾਂ, ਪੋਜ਼ਿਟਿਵ ਰਹਿ ਸਕਦੇ ਹਾਂ। ਇਹੀ ਹੈ ਯਾਰ, ਮਤਲਬ ਵੀ ਜੇ ਆਪਾਂ ਆਪਣੇ ਆਪ ਨੂੰ ਓਬਜ਼ਰਵ ਕਰਾਂਗੇ ਨਾ, ਆਪਾਂ ਦੇਖਾਂਗੇ ਯਾਰ ਮੈਂ ਕਿਹੋ ਜਿਹਾ ਫੀਲ ਕਰ ਰਿਹਾ, ਮੈਂ ਕੀ ਸੋਚ ਰਿਹਾ ਅਤੇ ਉਹਦੇ ਕੀ ਨਤੀਜੇ ਨਿਕਲ ਰਹੇ ਨੇ, ਮੇਰੀ ਸੋਚ ਮੇਰੇ ਮਤਲਬ ਵੀ ਮੂਡ ਨੂੰ ਕਿਵੇਂ ਇਫੈਕਟ ਕਰ ਰਹੀ ਆ। ਪਹਿਲਾਂ ਦੁਨੀਆ ਨੂੰ ਸਮਝਣ ਨਾਲੋਂ ਪਹਿਲਾਂ ਆਪਾਂ ਨੂੰ ਆਪਣੇ ਆਪ ਨੂੰ ਸਮਝਣਾ ਪੈਣਾ, ਅਤੇ ਜਿਹੜਾ ਬੰਦਾ ਇੰਟਰੋਸਪੈਕਟ ਨਹੀਂ ਕਰਦਾ, ਜਿਹੜਾ ਬੰਦਾ ਆਪਣੇ ਅੰਦਰ ਨਹੀਂ ਝਾਕਦਾ, ਆਪਣੀ ਫੀਲਿੰਗਸ ਵੱਲ ਨਹੀਂ ਝਾਕਦਾ, ਉਹ ਕਦੇ ਮਤਲਬ ਵੀ ਵਧੀਆ ਜ਼ਿੰਦਗੀ ਨਹੀਂ ਜੀ ਸਕਦਾ, ਠੀਕ ਆ। ਆਪਣੇ ਆਪ ਨੂੰ ਦੇਖੋ, ਪਛਾਣੋ, ਸਮਝੋ ਵੀ ਤੁਸੀਂ ਕਿਹੋ ਜਿਹਾ ਫੀਲ ਕਰ ਰਹੇ ਹੋ ਅਤੇ ਕਿਉਂ ਫੀਲ ਕਰ ਰਹੇ ਹੋ, ਤੁਹਾਡੇ ਥੋਟਸ ਚੇਂਜ ਕਰਨ ਨਾਲ ਤੁਹਾਡਾ ਮੂਡ ਕਿਵੇਂ ਚੇਂਜ ਹੁੰਦਾ। ਥੋਟਸ ਚੇਂਜ ਕਰ ਦਿਉ, ਮੂਡ ਚੇਂਜ ਹੋ ਜੂਗਾ। ਕਹਿੰਦੇ ਨਹੀਂ ਹੈਗੇ ਵੀ ਜੇ ਤੁਸੀਂ ਜ਼ਿੰਦਗੀ ਮਤਲਬ ਵੀ ਜੇ ਤੁਸੀਂ ਦੁਨੀਆਂ ਨੂੰ ਨਹੀਂ ਬਦਲ ਸਕਦੇ ਨਾ, ਆਪਣੇ ਆਪ ਨੂੰ ਬਦਲ ਲਓ। ਜੇ ਤੁਸੀਂ ਆਪਣੇ ਸਰਾਊਂਡਿੰਗਸ ਨੂੰ ਨਹੀਂ ਬਦਲ ਸਕਦੇ, ਆਪਣੇ ਆਪ ਨੂੰ ਬਦਲ ਲਓ, ਆਪਣੀ ਸੋਚ ਨੂੰ ਬਦਲ ਲਓ, ਦੁਨੀਆ ਆਪੇ ਬਦਲ ਜੂਗੀ। ਤਾਂ ਇਹੀ ਆਪਣੀ ਅੱਜ ਦੀ ਵੀਡੀਓ ਸੀਗੀ, ਵਧੀਆ ਲੱਗੀ ਲਾਈਕ ਕਰ ਦਿਓ, ਕੁਝ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਦੱਸਿਓ ਵੀ ਕੀ ਸਿੱਖਣ ਨੂੰ ਮਿਲਿਆ, ਸ਼ੇਅਰ ਕਰਨੀ ਚਾਹੀਦੀ ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਜੀ।